ਸਲਾਮ ਅਲੈਕੁਮ ਦੋਸਤੋ, ਔਰ ਮੈਂ ਛਤਰਾਂ ਦੀ ਤਰਫੋਂ ਨਵੀਂ ਮੀਟਿੰਗ ਨਾਲ ਹਾਜ਼ਰ ਹੋਇਆ। ਇਹ ਗਵਰਨਮੈਂਟ ਬੋਇਜ਼ ਹਾਈ ਸਕੂਲ ਛਤਰੋ 'ਚ, ਇਹ ਛਤਰੋ 'ਚ ਮਾਸਟਰ ਬਣਨ ਲਈ ਸਕੂਲ ਹੈ ਵਿੱਚ, ਇਸ ਜਗ੍ਹਾ ਇਹ ਜਗ੍ਹਾ ਸਿਲੈਕਟ ਕੀਤੀ ਨੇ ਸਕੂਲ ਵਿੱਚ। ਅੱਜ ਤੋਂ ਇਨਸ਼ਾਅੱਲਾ ਮਸਜਿਦ ਨਾਲ ਆਗਾਜ਼ ਸ਼ੁਰੂ ਹੋਈ ਸੀ। ਇਹ ਸਮਾਨ ਸਮਾਨ ਆਈ ਗਿਆ, ਆਸਤੇ ਆਸਤੇ ਅੱਛਾ ਪਿਆ ਸਾਰਾ, ਹੋਰ ਸਮਾਨ ਵੀ ਆਈ ਸੀ। ਤਾਂ ਇਨਸ਼ਾਅੱਲਾ ਤੁਸਾਂ ਕੀ ਨਾਲ ਨਾਲ ਦੱਸਾਂ ਕਿ ਕਿੱਥੇ ਤੱਕ ਮਸਜਿਦ ਦਾ ਕੰਮ ਪਹੁੰਚਿਆ, ਕਿੱਥੇ ਸ਼ੁਰੂ ਆ। ਇੱਥੋਂ ਸਮਝੀ ਉਹ ਸਟਾਰਟਿੰਗ ਪਤਾ ਕਿ ਇੱਥੋਂ ਸ਼ੁਰੂ ਸੀ, ਇਸ ਜਗ੍ਹਾ ਪਰ ਮਸਜਿਦ ਬਣ ਸੀ। ਇਹ ਮਸਜਿਦ ਨੀਟ ਅਸਲਮ ਸਾਹਿਬ ਆਏ, ਇਫਤਤਾਹ ਹੋ ਰਿਹਾ ਮਸਜਿਦ ਨਾਲ, ਅੱਜ ਸਮਾਨ ਸਮਾਨ ਆਈ ਗਿਆ ਮਾਸ਼ਾਅੱਲਾ ਜੀ। ਮੈਂ ਕਹਿੰਦਾ ਬੜੀ ਬਾਤ ਹੈ ਜਨਾਬ, ਜਿਹੜਾ ਹੈਗਾ ਕਿਉਂਕਿ ਇੱਕ ਬੜਾ ਆਜ਼ਾਦ ਹੈ ਕਿ ਗੌਰਮੈਂਟ ਬੋਆਇਜ਼ ਹਾਈ ਸਕੂਲ ਛਤਰੋ ਦੇ ਵਿੱਚ ਜਿਹੜਾ ਹੈਗਾ ਨਾ ਜੀ, ਅਤੇ ਅਵਾਮੀ ਲੈਵਲ 'ਤੇ ਕੋਈ ਬੰਦਾ ਅਖਬਾਰੋਂ ਮੁਖਜਰ ਹਜ਼ਰਾਤ ਜਿਹੜੇ ਜਿਨ੍ਹਾਂ ਨੇ ਪੈਸੇ ਦਿੱਤੇ ਨੇ, ਅਤੇ ਮਾਸ਼ਾਅੱਲਾ ਜਿਹੜਾ ਹੈਗਾ ਨਾ ਕਿ ਮਸਜਿਦ ਬਣਵਾ ਰਹੇ ਨਾ ਜੀ, ਇੱਕ ਆਪਣਾ ਸਦਕਾ ਜਾਰੀ ਹੈ ਜਨਾਬ, ਸਦਕਾ ਜਾਰੀ ਹੈ। ਅੱਲਾਹ ਪਾਕ ਜਿਹੜਾ ਹੈਗਾ ਨਾ ਇਸਨੂੰ ਵਾਪਰੀ ਬਾਰ ਗਲਾਈ ਲੋਕਾਂ ਨੂੰ ਵਾਪਰ ਹੈ। Thank you.
اجمعین.